ਦੇਖੋ ਜੀ ਗੱਲ ਇਹ ਹੈ ਬਾਈ ਇਲੈਕਸ਼ਨ ਹੈ ਆਮੂਮਨ ਤੌਰ ਤੇ ਸਰਕਾਰ ਦਾ ਬੜਾ ਦਬ ਦਬਾ ਹੁੰਦਾ ਹੈ ਬਾਈ ਇਲੈਕਸ਼ਨ ਦੇ ਵਿੱਚ ਪਰ ਜਿਹੜੀ ਇਹ ਸਰਕਾਰ ਹੈ ਇਹ ਮੁਕੰਮਲ ਤੌਰ ਤੇ 2 ਸਾਲਾਂ ਚ ਫੇਲ ਹੋ ਚੁੱਕੀ ਹੈ ਬੁਰੀ ਤਰੀਕੇ ਦੇ ਨਾਲ ਹਰ ਫਰੰਟ ਤੇ ਅੱਜ ਕਿਸਾਨ ਮੰਡੀਆਂ ਚ ਪਿਆ ਰੋਈ ਜਾ ਰਿਹਾ ਹੈ ਕੋਈ ਵਿਉਂਤਬੰਦੀ ਨਹੀਂ ਸੀ ਵੀ ਕਿਵੇਂ ਮਾਲ ਚੱਕਣਾ ਇਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਸਾਡਾ ਜਿਹੜਾ ਮੰਡੀਆਂ ਚ ਅਰਾਈਵ ਆਉਣ ਵਾਲੀ ਹੈ ਮਾਲ ਆਉਣ ਵਾਲਾ ਹੈ ਇਹਦਾ ਅਸੀਂ ਕੀ ਇੰਤਜ਼ਾਮ ਕਰਨੇ ਹੈ ਲੌਅ ਐਂਡ ਆਰਡਰ ਦੀ ਸਿੱਥੀ ਬੀ ਬੁਰਾ ਹਾਲ ਹੈ ਪੰਜਾਬ ਦੇ ਸਿਰ ਕਰਜੇ ਨਾਲ ਪੰਜਾਬ ਗੁਪਿਆ ਪਿਆ ਪਤਾ ਨਹੀਂ ਲੱਗ ਰਿਹਾ ਵੀ ਸਰਕਾਰ ਕੌਣ ਚਲਾ ਰਿਹਾ ਹੈ ਚੀਫ ਨੈਸਟਰ ਚਲਾ ਰਿਹਾ ਹੈ ਐਡਵਾਈਜ਼ਰ ਚਲਾ ਰਿਹਾ ਹੈ ਕੌਣ-ਕੌਣ ਵਿਅਕਤੀ ਚਲਾ ਰਿਹਾ ਹੈ ਸੋ ਲੋਕਾਂ ਦੀ ਪੂਰਨ ਬੇਵਿਸ਼ਵਾਸੀ ਸਰਕਾਰ ਦੇ ਖਿਲਾਫ ਹੋ ਗਈ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ 7 ਸੀਟਾਂ ਤੇ ਲੋਕਾਂ ਨੇ ਇੱਕ ਸੁਨੇਹਾ ਦਿੱਤਾ ਸੀ ਵੀ ਆਉਣ ਵਾਲਾ ਜਿਹੜਾ ਭਵਿੱਖ ਹੈ ਕਾਂਗਰਸ ਤੇ ਲੋਕਾਂ ਨੂੰ ਇਹ ਸਮਝ ਆ ਗਈ ਹੈ ਲੋਕ ਬੜੇ ਸਿਆਣੇ ਹੋ ਗਏ ਲੋਕ ਚੰਗੇ ਬੰਦੇ ਨੂੰ ਵੋਟਾਂ ਪਾਉਣਾ ਚਾਹੁੰਦੇ ਹੈ 7 ਸੀਟਾਂ 13 ਚ ਉਹਨਾਂ ਨੇ ਸਾਨੂੰ ਦਿੱਤੀਆਂ ਲੋਕਾਂ ਨੂੰ ਇਹ ਸਮਝ ਆ ਕਿ ਬੀਜੇਪੀ ਦੇ ਪੰਜਾਬ ਚ ਕਦੇ ਪੈਰ ਨਹੀਂ ਲੱਗ ਸਕਦੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਨਾਲ ਬੜਾ ਵਿਤਕਰਾ ਕੀਤਾ ਹੈ ਐਵੇਂ ਅਕਾਲੀ ਦਲ ਬਹੁਤ ਬੁਰੀ ਤਰੀਕੇ ਦੇ ਨਾਲ ਟੁੱਟ ਚੁੱਕਿਆ ਹੈ ਜਿਸ ਪ੍ਰਕਾਰ ਦੇ ਹਾਲਾਤ ਆ ਹਜੇ ਤੱਕ ਉਹਨਾਂ ਨੇ ਕੈਂਡੀਡੇਟ ਨਹੀਂ ਹਲਾਣੇ ਸੁਣਿਆ ਜਾ ਰਿਹਾ ਕਿ ਲਾਣ ਨਹੀਂ ਹੈ ਕਿ ਨਹੀਂ ਐਲਾਨ ਨੇ ਕੀ ਗੜਬੜਾ ਹੈ ਕੀ ਗਿਟਮਿਟੀ ਹੈ ਮੇਰੇ ਕਹਿ ਜਿਉ ਚੋਣਾਂ ਵੀ ਨਾ ਲੜੇ ਤਾਂ ਖਤਮ ਹੋ ਜਾਣਗੇ ਮੁਕੰਮਲ ਤੌਰ ਤੇ ਉਹਨਾਂ ਦੀ ਹੋਂਦ ਖਤਮ ਹੋ ਜਾਏਗੀ ਹੋਣ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਅੰਟੀ ਗਵਰਨਮੈਂਟ ਸੀ ਦੇ ਹਾਲਾਤ ਜੋ ਮੈਂ ਤੁਹਾਨੂੰ ਦੱਸਿਆ ਸੋ ਮੈਨੂੰ ਲੱਗਦਾ ਕਿ ਇਹ ਚਾਰੇ ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਗਾ ਪਰਫਾਰਮ ਕਰਨਗੇ ਸੱਚੇ ਪਾਸ਼ਾ ਕਿਰਪਾ ਕਰੇਗਾ ਔਰ ਵਧੀਆ ਜਿੱਤ ਪ੍ਰਾਪਤ ਕਰਨਗੇ ਗੋਡਿੰਗ ਸਾਹਿਬ ਲੋਕ ਸਭਾ ਦੇ ਵਿੱਚ ਤੁਸੀਂ ਵਧੀਆ ਪਰਫਾਰਮ ਕੀਤਾ ਹੈ ਇਸ ਵਾਰ ਜ਼ਿਮਨੀ ਚੋਣਾਂ ਦੇ ਵਿੱਚ ਕਿਹਾ ਜਾਂਦਾ ਕਿ ਸੱਤਾਧਾਰੀ ਚਿਰਦਾ ਦਬਾਅ ਹੁੰਦਾ ਮੈਂ ਦੇਖੋ ਗੱਲ ਇਹ ਦਬਾਅ ਤਾਂ ਹੁੰਦਾ ਹੈ ਪਰ ਸੱਤਾਧਾਰੀ ਤੇਨੂੰ ਕੀ ਰੀ ਮੂੰਹਾਂ ਦੀ ਵੀ ਖਾਣੀ ਪੈਂਦੀ ਹੈ ਔਰ ਗਿੱਦਰਬੱਦ ਦੇ ਲੋਕਾਂ ਨੇ ਤਾਂ ਹਮੇਸ਼ਾ ਇਤਿਹਾਸ ਰਚਦੇ ਆ ਇੰਨਾ ਨੇ 1995 ਤੋਂ ਲੈ ਕੇ ਹੁਣ ਤੱਕ ਇਹ ਜਦੋਂ ਜਦੋਂ ਇਹ ਫਤਵੇ ਫਿਰ ਸਰਕਾਰਾਂ ਦੇ ਖਿਲਾਫ ਦਿੰਦੇ ਰਹੇ ਸੋ ਆਮ ਆਦਮੀ ਪਾਰਟੀ ਨੇ ਮਨਪ੍ਰੀਤ ਢੱਲੋਂ ਨੂੰ ਖੜਾ ਕੀਤਾ ਚਲੋ ਮੁਬਾਰਕਾ ਹੁੰਨਾਂ ਨੂੰ ਹਰ ਹਰ ਪਾਰਟੀ ਨੇ ਆਪ ਦੇ ਮਨਪ੍ਰੀਤ ਬਾਦਲ ਮੁਕਾਬਲੇ ਚ ਨੇ ਬਾਦਲ ਬਾਦਲ ਆਪਾਂ ਬਹੁਤ ਕਰਦੇ ਰਹੇ ਹੈਗੇ ਲੱਗਦਾ ਦੂਸਰੇ ਪਾਸੋਂ ਵੀ ਬਾਦਲ ਹੀ ਆਉਣੀਆਂ ਨੇ ਇਹੋ ਜਿਹੇ ਹਾਲਾਤ ਨੇ ਚਲੋ ਮੈਂ ਤਾਂ ਪਬਲਿਕ ਦੇ ਵਿੱਚ ਇੱਕ ਵਿਚਾਰ ਧਾਰਾ ਬੰਦੀ ਜਾ ਰਹੀ ਹੈ ਕਿ ਜਿਹੜੇ ਬਾਦਲਸ ਦੋਨੋਂ ਨੇ ਉਹ ਸ਼ਾਇਦ ਆਮਣੇ ਸਾਹਮਣੇ ਚੋਣਾਂ ਨਹੀਂ ਲੜਨਗੇ ਕਿਉਂਕਿ ਇਹ ਵਾਰੀ ਵਾਰੀ ਵੱਖ-ਵੱਖ ਉਮੀਦਵਾਰਾਂ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਫਿਰ ਸਰੂਪ ਸਿੰਘਲਾ ਜੀ ਨੇ ਗੱਲ ਕੀਤੀ ਫਿਰ ਡਿੰਪੀ ਢਿਲੋਂ ਨੇ ਆਪ ਮੰਨ ਗਏ ਹਾਲਾਂਕਿ ਪਿਛਲੀ ਆ ਰਿਵਿਊ ਸੋ ਹੁਣ ਇਹ ਦੇਖਣਾ ਕਿ ਹੋਂਦ ਦੀ ਲੜਾਈ ਅਕਾਲੀ ਦਲ ਆਪਣੀ ਬਚਾ ਸਕਦਾ ਹੈ ਕਿ ਨਹੀਂ ਸਕਦਾ ਅਗਰ ਇਹ ਵਿਚਾਰਤਾ ਰਾ ਬਣ ਗਈ ਲੋਕਾਂ ਦੀ ਜਿਹੜੀ ਹੈਗੀ ਸੀ ਕਿਉਂਕਿ ਪਹਿਲਾਂ ਇਹ ਸੀ ਅਮਰਿੰਦਰ ਸਿੰਘ ਤੇ ਅਕਾਲੀ ਦਲ ਅਮਿੰਦਰ ਸਿੰਘ ਤੇ ਸੁਖਬੀਰ ਰਲੇਵੇ ਆ ਲੋਕ ਫਿਰ ਮਾਫ ਨਹੀਂ ਕਰਦੇ ਦੋਵੇਂ ਰਗੜਦੇ ਹੁਣ ਇਹ ਵਿਚਾਰਤਾ ਰਾ ਬਣ ਗਈ ਵੀ ਬੀਜੇਪੀ ਚ ਹੁਣ ਇਹ ਬਣ ਗਈ ਵੀ ਉਹ 2000 ਜਦੋਂ ਪਹਿਲਾ ਮਨਪ੍ਰੀਤ ਬਾਦਲ ਨੂੰ ਟਿਕਟ ਮਿਲੀ ਸੀ ਉਦੋਂ ਵੀ ਉਹ ਜਾਣ ਕੇ ਹਾਰਿਆ ਸੀ ਹਰਸਿਮਰਤ ਕੋਰ ਕੋ ਜਦੋਂ ਰਾਜਾ ਵੜਿੰਗਾ ਲੜਿਆ ਉਦੋਂ ਹਰਾਇਆ ਨਾਲ ਗਿਆ ਸੀਗਾ ਉੱਥੇ ਬੀਂਗੇ ਮਨਿਸਟਰ ਸਰੂਪ ਸਿੰਘਲੇ ਨੂੰ ਹਰਾਇਆ ਗਿਆ ਫਿਰ ਇੱਥੇ ਆ ਕੇ ਕਾਂਗਰਸੀ ਹੁੰਦਿਆਂ ਉਹਨਾਂ ਨੇ ਢਿਲੋਂ ਸਾਹਿਬ ਦੀ ਮਦਦ ਕੀਤੀ ਪਿਛਲੇ ਬਾਈ ਇਲੈਕਸ਼ਨ ਚ ਤੇ ਹੁਣ ਲੋਕਾਂ ਚ ਇਹ ਗੱਲ ਘਰ ਕਰ ਗਈ ਹੈ ਕਿ ਬਾਦਲ ਸਾਹਿਬ ਤੇ ਮਨਪ੍ਰੀਤ ਬਾਦਲ ਇਕੱਠੇ ਜਾਪਦੇ ਨੇ ਜੇ ਉਹ ਚੋਣਾਂ ਨਹੀਂ ਲੜਦੇ ਗੱਲ ਤਾਂ ਇਹ 99% ਲੋਕਾਂ ਨੂੰ ਪਤਾ ਹੁੰਦੀ ਹੈ ਇਸ ਗੱਲ ਦੇ ਨਾਲ ਬਹੁਤ ਵੱਡਾ ਡੈਮੇਜ ਹੋ ਜਾਂਦਾ ਜਾਂ ਤਾਂ ਇਕ ਹੋ ਜੋ ਜਾਂ ਕਹਿ ਦਿਓ ਵੀ ਅਸੀਂ ਇਕੱਠੇ ਜਾਂ ਕਹਿ ਦਿਓ ਵੀ ਸਾਡਾ ਪ੍ਰਿਆਰ ਹੈਗਾ ਅਸੀਂ ਇੱਕ ਦੂਜੇ ਦੇ ਸਾਹਮਣੇ ਨਹੀਂ ਲੜਾਂਗੇ ਪਰ ਜਿਹੜਾ ਚੋਰਾ ਛੁੱਪੀ ਦਾ ਛੁਪਾ ਛੁੱਪੀ ਦਾ ਖੇਲ ਹੈ ਨਾ ਜਿਹਨੂੰ ਇਹ ਵਿਅਕਤੀ ਖੇਡਦਾ ਉਹਦੋਂ ਮਰ ਜਾਂਦਾ ਰਾਜਾ ਜੀ ਤੁਸੀਂ ਚੋਣ ਦਿੱਤੀ ਪਿਛਲੀ ਵਾਰ ਬਹੁਤ ਥੋੜਾ ਮਾਰਜਿਨ ਸੀ ਡੈਂਪਟੀ ਲੋਬਰ ਕੀ ਕਹਣਾ ਹੈ देखो जी मैं किसी बारे कुछ नहीं कहना चाहंदा पर एक मैं कहना चाहना कि आज का लोग ਤੁਸੀਂ ਦੇਖੋ ਬਿੱਟੂ ਚੋਣ ਕਿਉਂ ਹਾਰਿਆ ਉਹਨੇ ਕਾਂਗਰਸ ਚੋਣ ਜਿੱਤ ਜਨਸੀ ਬਹੁਤ ਨੌਜਵਾਨ ਸਾਥੀ ਸੀਗਾ ਉਹ ਪਾਰਟੀ ਬਦਲਨ ਕਰਕੇ ਚੋਣ ਹਾਰ ਗਿਆ ਹੁਣ ਲੋਕ ਪਾਰਟੀ ਬਦਲਦੇ ਉਹਨਾਂ ਨੂੰ ਕਹਿ ਦੇਦੇ ਹੁਣ ਲੋਕ ਉਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਬਾਦਲ ਵਾਲੇ ਨੂੰ ਕਿਉਂ ਛੱਡ ਕੇ ਆ ਗਏ ਜਿਨ੍ਹਾਂ ਬਾਦਲ ਵਾਲੇ ਨੇ ਤੁਹਾਨੂੰ ਇੱਥੋਂ ਤੱਕ ਪਹੁੰਚੋਂ ਚ ਕੰਮ ਕੀਤਾ ਵੀ ਉਹ ਟਿਕਟ ਹੀ ਨਾ ਦਿੰਦੇ ਤੁਹਾਨੂੰ ਹਲਕਾ ਇੰਚਾਰਜ ਹੀ ਨਾ ਬਣਾਉਂਦੇ ਤਾਂ ਗੱਲ ਕਿਵੇਂ ਬੰਦੀ ਸੋ ਲੋਕਾਂ ਦੇ ਮੰਨ ਦੇ ਵਿੱਚ ਇਹ ਰੋਸ ਹੈ ਵੀ ਰਾਤੇ ਰਾਤ ਜਦੋਂ ਤੁਸੀਂ ਪਾਰਟੀ ਤੇ ਕਪੜੇ ਬਦਲਦੇ ਹੋ ਉਸ ਗੱਲ ਦੇ ਖਿਲਾਫ ਲੋਕ ਸਨੇਹਾ ਦਿੰਦੇ ਆ ਤੇ ਲੋਕਾਂ ਨੇ ਸਨੇਹਾ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਦਿੱਤਾ ਹੁਣ ਮਨਪ੍ਰੀਤ ਬਾਦਲ ਨੇ ਕੋਈ ਪਾਰਟੀ ਛੱਡੀ ਨਹੀਂ ਕਾਂਗਰਸ ਪੀਪੀਪੀ ਅਕਾਲੀ ਦਲ ਭਾਜਪੀ ਰੇਚ ਜਾ ਕੇ ਕਹਿੰਦੇ ਅਭੀ ਮੈਨੂੰ ਤਾਂ ਮੇਰੇ ਕਹਿੰਦੇ ਮਤਲਬ ਉਹ ਹੇਟ ਕਰਦੇ ਲੋਕ ਇਸੇ ਕਰਕੇ ਤਾਂ ਉਥੋਂ ਬਠਿੰਡੋਂ ਛੱਡ ਕੇ ਇੱਥੇ ਆ ਗਏ ਕੰਨ ਰਾਜਨੀਤੀ ਚ ਵਿਰੋਧੀ ਅਸਲੀ ਉਹ ਹੁੰਦਾ ਜਿਹੜਾ ਨਾਲ ਦੇ ਵਿਰੋਧੀ ਨੂੰ ਸਲਾਹ ਦੇ ਦੇ ਅਕਾਲੀ ਦਲ ਨੂੰ ਕੀ ਸਲਾਹ ਦੇਵਾਂਗੇ ਲੜੇ ਨਾ ਲੜੇ ਕੀ ਸੁਖਬੀਰ ਸਿੰਘ ਬਾਦਲ ਨੂੰ ਮੇਰੀ ਬੇਨਤੀ ਹੈ ਅਗਰ ਅਕਾਲੀ ਦਲ ਨੂੰ ਜਿਉਂਦਾ ਰੱਖਣਾ ਹੈ ਤਾਂ ਉਹਨਾਂ ਨੂੰ ਚੋਣ ਆਪ ਮદાન ਦੇ ਵਿੱਚ ਲੜਨਾ ਚਾਹੀਦਾ ਦੋ ਗੱਲਾਂ ਇਹਦੇ ਨਾਲ ਹੋਣਗੀਆਂ ਇੱਕ ਤਾਂ ਇਹ ਗੱਲ ਖਤਮ ਹੋ ਜਾਏਗੀ ਕਿ ਦੋਵੇਂ ਭਰਾ ਰਲੇਵੇ ਐ ਇਹ ਮੋਰ ਆਪਦੇ ਤੋਂ ਲਾ ਲੈਣਗੇ ਦੂਜੀ ਇਹ ਗੱਲ ਹੋ ਜਾਏਗੀ ਕਿ ਆਪਦੀ ਹੋਂਦ ਬਚਾਉਣ ਵਾਸਤੇ ਜਰਨਲ ਸਾਹਮਣੇ ਆ ਗਿਆ ਜੇ ਗਿੱਧਰ ਬਾਲ ਕੇ ਤੋਂ ਚੋਣ ਨਹੀਂ ਲੜਨਗੇ ਜਿੱਥੇ ਮੁਕਸਰ ਜ਼ਿਲ੍ਹੇ ਚ ਇਹ ਰਾਮ ਰਾਮ ਸੱਤਿ ਹੈ ਆਮ ਖਤਮ ਹੈ ਬ੍ਰਿੰਗ ਸਭ